ਜਿੱਥੇ ਇੱਕ ਪਾਸੇ ਨਸ਼ੇ ਤੇ ਲਾਅ ਆਰਡਰ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਘੇਰਿਆ ਜਾ ਰਿਹਾ, ਉੱਥੇ ਹੀ ਪੰਜਾਬ ਸਰਕਾਰ ਹੋਵੇ ਜਾਂ ਫਿਰ ਪੁਲਿਸ ਪ੍ਰਸ਼ਾਸਨ, ਉਹਨਾਂ ਦੇ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਅਤੇ ਇਸੇ ਦੇ ਚੱਲਦੇ ਆ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ SDF ਇੰਚਾਰਜ ਇੰਸਪੈਕਟਰ ਹਰਵੰਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸੈਕਟਰ 39 ਦੇ ਵਿੱਚ ਸਥਿਤ ਰਾਮ ਮੰਦਰ ਦੇ ਕੋਲ ਨਾਕਾਬੰਦੀ ਕੀਤੀ ਅਤੇ ਜਿਸ ਤੋਂ ਬਾਅਦ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਹੋਇਆ। ਜੀ ਹਾਂ, ਇਹ ਕਾਮਯਾਬੀ ਪੁਲਿਸ ਨੂੰ ਲੁਧਿਆਣਾ ਦੇ ਵਿੱਚ ਮਿਲੀ ਹੈ, ਜਿੱਥੇ ਕਿ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਜਾਂਦਾ ਹੈ, ਜਾਂਚ ਕੀਤੀ ਜਾਂਦੀ ਹੈ ਅਤੇ ਜਿਸ ਤੋਂ ਬਾਅਦ ਜਿੱਥੇ ਵੱਡੇ ਖੁਲਾਸੇ ਹੁੰਦੇ ਨੇ ਉੱਥੇ ਹੀ ਇਸ ਨੂੰ ਲੈ ਕੇ ਇੱਕ ਵੱਡੀ ਕਾਮਯਾਬੀ ਵੀ ਮਿਲਦੀ ਹੈ। ਅਤੇ ਉਹਦੇ ਦੂਜੇ ਪਾਸੇ ਸੂਤਰਾਂ ਦੇ ਮੁਤਾਬਕ ਬਰਾਮਦ ਕੀਤੀ ਗਈ ਇਸ ਨਸ਼ੇ ਦਾ ਜਿਹੜਾ ਕਾਰੋਬਾਰ ਹੈ ਉਸ ਦੀ ਤਾਰ ਅੰਤਰਰਾਸ਼ਟਰੀ ਬਾਜ਼ਾਰ ਦੇ ਨਾਲ ਜੇਕਰ ਜੋੜ ਕੇ ਦੇਖੀ ਜਾਣ ਤਾਂ ਉਸਦੀ ਕੀਮਤ ਕਰੀਬ 10 ਕਰੋੜ ਦੇ ਨੇੜੇ ਤੇੜੇ ਦੱਸੀ ਜਾ ਰਹੀ ਹੈ। ਸਰ, ਭਾਰੀ ਮਾਤਰਾ 'ਚ ਹੈਰਾਨ ਬਰਾਮਦ ਹੋਈ ਹੈ, ਕੀ ਸੀ ਪੂਰਾ ਮਾਮਲਾ ਜਾਣਕਾਰੀ? ਹਾਂਜੀ, ਸਾਡੀ SDF ਲੁਧਿਆਣਾ ਰੇਂਜ ਦੀ ਟੀਮ ਕੱਲ੍ਹ ਨੇੜੇ ਐਵਰੈਸਟ ਸਕੂਲ ਏਰੀਆ ਥਾਣਾ ਮੋਤੀ ਨਗਰ ਹਾਜ਼ਰ ਸੀ, ਜਿੱਥੇ ਸਾਡੀ ਪੁਲਿਸ ਪਾਰਟੀ ਨੂੰ ਇੱਕ ਬਹੁਤ ਭਰੋਸੇਯੋਗ ਸੂਚਨਾ ਮਿਲੀ ਕਿ ਇੱਕ ਅਰਜਨ ਨਾਮ ਦਾ ਵਿਅਕਤੀ ਜੋ ਬਚਿੱਤਰ ਨਗਰ ਏਰੀਆ ਥਾਣਾ ਜਮਾਲਪੁਰ ਲੁਧਿਆਣਾ ਦਾ ਰਹਿਣ ਵਾਲਾ, ਜਿਸ ਦੇ ਥੋੜ੍ਹੀ ਦੇਰ ਬਾਅਦ ਵਰਧਮਾਨ ਸਾਈਡ ਤੋਂ ਆ ਕੇ ਮੋਤੀ ਨਗਰ ਬਾਜ਼ਾਰ ਵੱਲ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਜਾਣਾ, ਜੋ ਸੂਚਨਾ ਬੜੀ ਭਰੋਸੇਯੋਗ ਹੋਣ ਕਰਕੇ ਅਸੀਂ ਦੋਸ਼ੀ ਦੇ ਬਰਖਿਲਾਫ ਮੁਕੱਦਮਾ ਨੰਬਰ 50 ਅਧੀਨ ਧਾਰਾ NDPS ਐਕਟ ਥਾਣਾ STFA 4 ਮੋਹਾਲੀ ਦਰਜ ਕਰਾਇਆ ਅਤੇ ਸਟਰੋਂਗ ਨਾਕਾਬੰਦੀ ਕੀਤੀ। ਨਾਕਾਬੰਦੀ ਦੌਰਾਨ ਜਦੋਂ ਆਰੋਪੀ ਵਰਧਮਾਨ ਵੱਲੋਂ ਇੱਕ ਸਕੂਟਰ 'ਤੇ ਸਵਾਰ ਹੋ ਕੇ ਆਇਆ ਤਾਂ ਜਦੋਂ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਇਹਨੇ ਭਜਾਉਣ ਦੀ ਕੋਸ਼ਿਸ਼ ਕੀਤੀ। ਸਾਡੀ ਪੁਲਿਸ ਪਾਰਟੀ ਨੇ ਬੜੀ ਮਸਤੈਦੀ ਨਾਲ ਇਹਨੂੰ ਸਮੇਤ ਇਹਦੀ ਐਕਟਿਵਾ ਸਕੂਟਰੀ ਦੇ ਕਾਬੂ ਕਰਕੇ ਜਦੋਂ ਸਕੂਟਰੀ ਦੀ ਤਲਾਸ਼ੀ ਕੀਤੀ ਤਾਂ ਮਾਨਯੋਗ DSP ਸਾਹਿਬ ਜੀ ਦੀ ਹਦਾਇਤ 'ਤੇ ਜਦੋਂ ਸਾਡੇ ਪੁਲਿਸ ਪਾਰਟੀ ਨੇ ਇਸਦੀ ਤਲਾਸ਼ੀ ਕੀਤੀ ਤਾਂ ਡਿੱਗੀ ਦੇ ਵਿੱਚੋਂ 1 ਕਿਲੋ 900 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਨੂੰ ਉਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ। ਸਰ, ਕੀ ਕਰਦਾ ਸੀ ਪਹਿਲਾਂ, ਕੰਮ ਕੀ ਕਰਦਾ ਸੀ? ਆਰੋਪੀ ਨੇ ਪੁੱਛਗਿੱਛ ਤੇ ਦੱਸਿਆ ਵੀ ਉਹ ਟਰਾਂਸਪੋਰਟ ਮੋਤੀ ਨਗਰ ਦੇ ਏਰੀਏ ਦੇ ਵਿੱਚ ਇੱਕ ਟੈਕਸੀ ਚਲਾਉਣ ਦਾ ਕੰਮ ਕਰਦਾ, ਗੱਡੀ ਦੀ ਡਰਾਈਵਰੀ ਕਰਦਾ। ਇਹ ਨਸ਼ਾ ਕਦੋਂ ਤੋਂ ਵੇਚਣ ਲੱਗ ਗਏ ਜੀ? ਇਹਨੇ ਕਰੀਬ 4-5 ਸਾਲ ਤੋਂ ਆਪ ਵੀ ਅਡਿਕਟ ਆ ਅਤੇ ਨਸ਼ੇ ਵਿੱਚ ਅਡਿਕਟ ਹੋਣ ਦੇ ਨਾਤੇ ਇਹਨੇ ਆਪਣਾ ਖਰਚਾ ਕੱਢਣ ਦੇ ਲਈ ਨਾਲ ਨਾਲ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਵੀ ਮਾਮਲਾ ਦਰਜ ਨਹੀਂ ਕੀਤਾ? ਪਹਿਲਾਂ 21 ਦੇ ਬਰਖਿਲਾਫ ਥਾਣਾ ਹੈਬੋਲ ਵਿੱਚ ਚੋਰੀ ਦਾ ਮੁਕੱਦਮਾ ਦਰਜ ਹੈ। ਸਰ, ਕਿੱਥੋਂ ਲਿਆਂਦਾ ਸੀ ਇੰਨੀ ਭਾਰੀ ਮਾਤਰਾ ਤੇ ਕਿੱਥੇ ਵੇਚਦਾ ਸੀ? ਇਹਨੇ ਅਜੇ ਮੁੱਢਲੀ ਪੁੱਛਗਿੱਛ ਤੇ ਇਹ ਦੱਸਿਆ ਵੀ ਇਸ ਨੂੰ ਇੱਕ ਅੰਮ੍ਰਿਤਸਰ ਤੋਂ ਵਿਅਕਤੀ ਆ ਕੇ ਹੈਰੋਇਨ ਦੇ ਕੇ ਜਾਂਦਾ, ਜਿਸਦੇ ਪਾਸ ਇੱਕ ਇੰਟਰਨੈਸ਼ਨਲ ਨੰਬਰ ਚੱਲਦਾ। ਪ੍ਰਸ਼ਾਸਨ ਵੱਲੋਂ ਕਈ ਤਰ੍ਹਾਂ ਦੀਆਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਤੇ ਵੱਡੀ ਮਾਤਰਾ ਦੇ ਵਿੱਚ ਨਸ਼ਾ ਅਤੇ ਮੁਲਜ਼ਮ ਕਾਬੂ ਵੀ ਕੀਤੇ ਜਾ ਰਹੇ ਨੇ, ਪਰ ਸੂਬੇ ਦੇ ਹਾਲਾਤਾਂ ਦੇ ਅਨੁਸਾਰ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਹੋਰ ਜ਼ਿਆਦਾ ਕੜੇ ਕਦਮ ਚੁੱਕਣ ਦੀ ਲੋੜ ਹੈ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੇ ਨਾਲ ਸਕਾਈ ਨਿਊਜ਼ ਪੰਜਾਬ।